ਸੇਖੀ ਚੰਤਨ ਵਿੱਚ ਮਨੁੱਖੀ ਕਿਰਦਾਰ ਨੂੰ ਸੁੰਦਰ ਬਣਾਉਣ ਲਈ ਵਧੀਆ ਬਣਾਉਣ ਲਈ ਪ੍ਰਭਾਵਸ਼ਾਲੀ ਬਣਾਉਣ ਲਈ ਬਹੁਤ ਚੰਗੇ ਸੰਕੇਤ ਦਿੱਤੇ ਗਏ ਨੇ ਔਰ ਗੁਰੂ ਸਾਹਿਬ ਨੇ ਜਦੋਂ ਇਹ ਵਜਨ ਸਾਡੇ ਲਈ ਕੀਤੇ ਕਿ ਸਾਹਜ ਕੀਤੇ ਗੁਨਾ ਕੇਰੀ ਛਾੜ ਉਹ ਅਵਗਣ ਚੱਲੀ ਹੈ ਤਾਂ ਨਿਸ਼ਚਿਤ ਤੌਰ ਤੇ ਉਹਨਾਂ ਨੇ ਇੱਕ ਚੀਜ਼ ਦਾ ਖੰਡਨ ਕੀਤਾ ਦੂਜੀ ਦਾ ਮੰਡਨ ਕੀਤਾ ਉਹਨਾਂ ਦਾ ਮਤਲਬ ਇਹ ਹੈ ਕਿ ਐਸੇ 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 ਔਗਣ ਜਿਹੜੇ ਮਨੁੱਖ ਮਾਰੂ ਨੇ ਜਿਹੜੇ ਸਾਂਝ ਨੂੰ ਠੇਸ ਲਾਉਂਦੇ ਨੇ ਜਿਹੜੇ ਮਨੁੱਖ ਨੂੰ ਮਨੁੱਖ ਦਾ ਦੁਸ਼ਮਣ ਬਣਾਉਂਦੇ ਨੇ ਮਨੁੱਖ ਨੂੰ ਮਨੁੱਖ ਦੇ ਨੇੜੇ ਨਹੀਂ ਹੋਣ ਦਿੰਦੇ ਜਿਹੜੇ ਮੁਹੱਬਤ ਦੇ ਅਮਲ ਵਿੱਚ ਮਨੁੱਖ ਨੂੰ ਨਹੀਂ ਪਾਉਂਦੇ ਜਿਹੜੇ ਮਨੁੱਖ ਨੂੰ ਇਹ ਸੋਚਣ ਤੋਂ ਅਸਮਰਥ ਕਰ ਦਿੰਦੇ ਨੇ ਕਿ ਇਹ ਮੁਹੱਬਤ ਤੇਰੀ ਛੋਤੋਂ ਜ਼ਿੰਦਗੀ ਤੇਰੀ ਸ਼ੋਨੇ ਜ਼ਿੰਦਗੀ ਕਰਬ ਖਾਈ ਰੋਸ਼ਨੀ ਹੀ ਰੋਸ਼ਨੀ ਹੈ ਮੁਹੱਬਤ ਤੇਰੀ ਸ਼ੋਤੋਂ ਹੀ ਕਦੀ ਆਦਮੀ ਹੋਵੇਗਾ ਪੂਰਨ ਆਦਮੀ ਤੋ ਅਸੀਂ ਜੇ ਗੁਰੂ ਨਾਨਕ ਨਾਲ ਆਪਣਾ ਕੋਈ ਰਿਸ਼ਤਾ ਅਨੁਭਵ ਕਰਦੇ ਆ ਤਾਂ ਅਸੀਂ ਉਸ ਰਿਸ਼ਤੇ ਨੂੰ ਪਗਾਉਂਦੇ ਹੋਏ ਇਹ ਕਰ ਸਕਦੇ ਆ ਇਹੀ ਕਰਨਾ ਚਾਹੀਦਾ ਕਿ ਔਗਣਾ ਨੂੰ ਤਿਆਗ ਕੇ ਹੰਕਾਰ ਨੂੰ ਤਿਆਗ ਕੇ ਮਾੜੀਆਂ ਗੱਲਾਂ ਨੂੰ ਤਿਆਗ ਕੇ ਚੰਗੀਆਂ ਗੱਲ ਗੱਲਾਂ ਵੱਲ ਤੁਰਿਏ ਸਿੱਖਣ ਦਾ ਤੇ ਸਿੱਖ ਹੋਣ ਦਾ ਪ੍ਰੋਸੈਸ ਇਹ ਹੈ ਪ੍ਰਕਿਰਿਆ ਇਹ ਹੈ ਕਿ ਅਸੀਂ ਹੌਲੀ-ਹੌਲੀ ਔਗਣਾ ਨੂੰ ਕਢਾਉਂਦੇ ਚਲੇ ਜਾਂਦੇ ਆ ਤੇ ਗੁਣਾਂ ਨੂੰ ਵਧਾਉਂਦੇ ਚਲੇ ਜਾਂਦੇ ਆ ਤੇ ਹੌਲੀ-ਹੌਲੀ ਚੰਗੇ ਮਨੁੱਖ ਬਣ ਜਾਂਦੇ ਆ ਇਹ ਸਾਰੀਆਂ ਗੱਲਾਂ ਤਾਂ ਹੀ ਹੋ ਸਕਦੀਆਂ ਜੇ ਸਾਡੇ ਵਿੱਚ ਸਿਰਫ ਆਪਣੇ ਆਪ ਉੱਤੇ ਹੀ ਆਪਣੇ ਆਪ ਨੂੰ ਕੇਂਦਰਿਤ ਕਰਨ ਦੀ ਕ੍ਰਿਤੀ ਨਾ ਹੋਵੇ ਅਸੀਂ ਜੇ ਇਹ ਮਹਿਸੂਸ ਕਰਕੇ ਤੁਰਿਏ ਕਿ ਹਮਨੇ ਚੰਗੇ ਬੁਰਾ ਨਹੀਂ ਕੋਏ ਕਿ ਅਸੀਂ ਆਪਣੀਆਂ ਕੇਵਲ ਚੰਗਿਆਈਆਂ ਨਹੀਂ ਦੇਖਣੀਆਂ ਅਸੀਂ ਦੂਜੇ ਦੀਆਂ ਕੇਵਲ ਬੁਰਾਈਆਂ ਨਹੀਂ ਦੇਖਣੀਆਂ ਅਸੀਂ ਬੈਲੈਂਸ ਕਰਕੇ ਚੱਲਣਾ ਹੈ ਅਸੀਂ ਇੱਕ ਦੂਜੇ ਨਾਲ ਪਿਆਰ ਵਧਾਉਣਾ ਹੈ ਤਾਂ ਇਹ ਅਸੀਂ ਗੁਰੂ ਦੇ ਬਚਨਾਂ ਨਾਲ ਜੁੜ ਸਕਦੇ ਹਾਂ ਗੁਰੂ ਦੀ ਸੰਗਤ ਦੇ ਨਾਲ ਜੁੜ ਸਕਦੇ ਹਾਂ ਔਰ ਗੁਰੂ ਦੇ ਦਿੱਤੇ ਹੋਏ ਸੁਨੇਹ ਨੂੰ ਅੱਗੇ ਲਿਜਾ ਸਕਦੇ ਹਾਂ ਨਾਲ ਦੀ ਨਾਲ ਇਹ ਵੀ ਹੈ ਕਿ ਮਨੁੱਖ ਕਈ ਵਾਰ ਇਹ ਭੁੱਲ ਜਾਂਦਾ ਹੈ ਕਿ ਜਿਹੜੀਆਂ ਤਾਕਤਾਂ ਉਸ ਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀਆਂ ਨੇ ਉਹ ਤਾਂ ਅਸਥਿਰ ਨੇ ਉਹ ਵਿਖਸ ਜਾਣ ਵਾਲੀਆਂ ਨੇ ਉਹਨਾਂ ਨੇ ਸਦਾ ਨਹੀਂ ਰਹਿਣਾ ਉਹ ਤਾਂ ਧੋਖਾ ਮਨੁੱਖ ਦੇ ਨਾਲ ਕਈ ਵਾਰੀ ਕਰ ਜਾਂਦੀਆਂ ਨੇ ਉਹਨਾਂ ਦਾ ਉਹਨਾਂ ਦੀ ਹੋਂਦ ਸਦੀਵੀ ਨਹੀਂ ਹੁੰਦੀ ਇਸ ਕਰਕੇ ਗੁਰੂ ਸਾਹਿਬ ਦਾ ਇਹ ਸੰਕੇਤ ਵੀ ਬਹੁਤ ਠੋਸ ਹੈ ਮਨੁੱਖੀ ਆਚਾਰ ਵਿਵਹਾਰ ਨੂੰ ਮਨੁੱਖੀ ਸਦਾਚਾਰ ਨੂੰ ਮਨੁੱਖੀ ਬੈਲੈਂਸ ਨੂੰ ਸੰਤੁਲਨ ਨੂੰ ਕਾਇਮ ਰੱਖਣ ਲਈ ਜਦੋਂ ਕਹਿੰਦੇ ਨੇ ਕਿ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਹਿੰਨੇ ਨਾ ਰੱਖੀ ਲੱਜ ਤੋਂ ਇਹ ਜਿਹੜਾ ਹੰਕਾਰ ਪੈਦਾ ਹੁੰਦਾ ਹੈ ਹਮੇਸ਼ਾ ਇਹੋ ਜਿਹੇ ਸਾਰੀਆਂ ਸ਼ਕਤੀਆਂ ਤੋਂ ਇਹੋ ਜਿਹੇ ਸਾਰੇ ਵਿਸ਼ੇਸ਼ਣਾਂ ਤੋਂ ਇਹੋ ਜਿਹੇ ਲੱਛਣਾਂ ਤੋਂ ਹੀ ਪੈਦਾ ਹੁੰਦਾ ਹੈ ਇਸ ਕਰਕੇ ਅ ਦੂਜਿਆਂ ਦੀ ਪੀੜ ਨੂੰ ਸਮਝਣਾ ਦੂਜਿਆਂ ਦੇ ਅੰਦਰ ਨਾਲ ਜੁੜਨਾ ਆਰ ਪਾਰ ਦੇਖਣਾ ਇੱਕ ਦੂਜੇ ਦੇ ਇੱਕ ਦੂਜੇ ਦੀ ਹੋਂਦ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਨਾ ਮੁਹੱਬਤ ਦਾ ਵਾਤਾਵਰਣ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਸਪਸ਼ਟ ਕਹਿੰਦੇ ਨੇ ਕਿ ਸੋਕਤ ਜਾਣੇ ਪੀਰ ਪਰਾਇ ਜਾ ਕੇ ਅੰਤਰ ਦਰਦ ਨਾ ਪਾਏ ਜੇ ਅੰਦਰ ਦਰਦ ਹੋਵੇ ਕਰਣਾ ਹੋਵੇ ਹਮਦਰਦੀ ਹੋਵੇ ਸਿੰਪਥੀ ਤਾਂ ਮਨੁੱਖ ਪਹਿਲਾਂ ਨਾਲੋਂ ਚੰਗਾ ਮਨੁੱਖ ਬਣ ਸਕਦਾ ਹੈ ਤੇ ਇਹਦੇ ਨਾਲ ਨਾਲ ਜੇ ਕੋਈ ਮਨੁੱਖ ਆਪਣੇ ਗਿਆਨ ਉੱਤੇ ਮਾਣ ਕਰਦਾ ਹੈ ਆਪਣੇ ਗਿਆਨ ਉੱਤੇ ਅਭਿਮਾਨ ਕਰਦਾ ਹੈ ਉਹਦੇ ਬਾਰੇ ਵੀ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਵਿਚਾਰ ਕਰਨ ਵਾਲਾ ਹੀ ਗਿਆਨੀ ਕਿਹਾ ਜਾ ਸਕਦਾ ਹੈ ਗਿਆਨੀ ਉਸ ਨੂੰ ਨਹੀਂ ਕਹਿੰਦੇ ਜਿਹੜਾ ਗਿਆਨ ਦੇ ਨਾਲ ਸੰਬੰਧਿਤ ਹੰਕਾਰ ਵਿੱਚ ਗ੍ਰਸ ਜਾਵੇ ਤੋਂ ਛੋਟੇ-ਛੋਟੇ ਵਾਕਾਂ ਵਿੱਚ ਛੋਟੀਆਂ-ਛੋਟੇ ਮਹਾਵਾਕਾਂ ਵਿੱਚ ਕਈ ਵਾਰ ਉਹਨਾਂ ਨੇ ਏਡੇ ਵੱਡੇ ਬਚਨ ਕਹੇ ਨੇ ਜਿਹੜੇ ਮਨੁੱਖ ਨੂੰ ਸੁਚੱਜਾ ਮਨੁੱਖ ਬਣਾ ਸਕਦੇ ਨੇ ਵਿਦਿਆ ਵਿਚਾਰੀ ਤਪ ਪਰ ਪੁਕਾਰੀ ਰੋਜ਼ ਗਾਉਨੇ ਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸੁਧਾਰੋ ਤੋ ਇਹ ਚਾਰ ਵਸਤਾ ਗੁਰੂ ਸਾਹਿਬ ਕਹਿੰਦੇ ਨੇ ਕਿ ਅਕਾਲ ਪੁਰਖ ਨੇ ਸਾਨੂੰ ਇਸ ਤਰ੍ਹਾਂ ਪਰੋਸਿਆ ਨੇ ਜਿਵੇਂ ਥਾਲ ਵਿੱਚ ਰੱਖ ਕੇ ਕੋਈ ਖੂਬਸੂਰਤ ਜਿਹੜੇ ਖਾਣੇ ਨੇ ਉਹ ਪਰੋਸਦਾ ਪਰ ਅਸੀਂ ਉਹਨਾਂ ਨੂੰ ਜੇ ਨਹੀਂ ਵਰਤਦੇ ਅਸੀਂ ਜੇ ਉਹਨਾਂ ਨਾਲ ਨਹੀਂ ਜੁੜਦੇ ਸਤ ਨਾਲ ਨਹੀਂ ਜੁੜਦੇ ਸੰਤੋਖ ਨਾਲ ਨਹੀਂ ਜੁੜਦੇ ਵਿਚਾਰ ਨਾਲ ਨਹੀਂ ਜੁੜਦੇ ਤੇ ਅੰਮ੍ਰਿਤ ਰੂਪੀ ਨਾਮ ਜੋ ਬ੍ਰਹਮੰਡੀ ਕੌਂਸ਼ੀਅਸਨੈਸ ਹੈ ਬ੍ਰਹਮੰਡੀ ਚੇਤਨਾ ਹੈ ਉਸ ਨਾਲ ਨਹੀਂ ਜੁੜਦੇ ਤਾਂ ਫਿਰ ਅਸੀਂ ਆਪ ਦੋਸ਼ੀ ਐ ਗੁਰੂ ਸਾਹਿਬ ਇਹ ਵੀ ਸਾਨੂੰ ਇਸ਼ਾਰਾ ਦਿੰਦੇ ਨੇ ਕਿ ਜਿੱਥੇ ਕੋਈ ਗੱਲ ਸਾਡੀ ਨਾ ਅਸਰ ਕਰਦੀ ਹੋਵੇ ਉੱਥੇ ਚੁੱਪ ਚੰਗੀ ਕਿਉਂਕਿ ਚੁੱਪ ਬਹੁਤ ਸਾਰਿਆਂ ਨੂੰ ਹਰਾਉਂਦੀ ਹੈ ਚੁੱਪ ਦੀ ਵੀ ਇੱਕ ਪਾਸ਼ਾ ਹੁੰਦੀ ਹੈ ਚੁੱਪ ਰਾਹੀ ਬਹੁਤ ਸਾਰੇ ਸੁਨੇਹੇ ਮਿਲ ਜਾਂਦੇ ਨੇ ਦੂਜੇ ਵਿਅਕਤੀ ਨੂੰ ਚੁੱਪ ਦੀ ਰਾਹੀ ਅਸੀਂ ਵਕਤ ਸਾਨੂੰ ਮਿਲ ਜਾਂਦਾ ਹੈ ਇੱਕ ਦੂਜੇ ਨੂੰ ਸਮਝਣ ਦਾ ਜਦੋਂ ਅਸੀਂ ਵਕਤ ਪਾ ਲੈਣੇ ਆ ਵਿੱਚ ਤਾਂ ਅਸੀਂ ਅੱਗੇ ਵਧ ਸਕਦੇ ਹਾਂ ਅਸੀਂ ਇੱਕ ਦੂਜੇ ਦੇ ਨਾਲ ਜੋ ਸਾਂਝ ਹੈ ਉਸ ਨੂੰ ਖਰਾਬ ਕਰਨ ਤੋਂ ਬਚ ਸਕਦੇ ਹਾਂ ਜਿੱਥੇ ਜਿੱਥੇ ਬੋਲਣ ਹਾਰੀ ਹੈ ਤੇ ਚੰਗੀ ਚੁੱਪ ਤੋਂ ਗੁਰੂ ਸਾਹਿਬ ਦੇ ਇਹ ਬਚਨ ਜਿਨੇ ਜੋ ਨੇ ਇਹ ਸਾਨੂੰ ਇਸ ਤਰ੍ਹਾਂ ਦੇ ਸੰਕੇਤ ਦਿੰਦੇ ਨੇ ਕਿ ਚੰਗਾ ਮਨੁੱਖ ਬਣ ਲਈ ਮਨੁੱਖ ਨੂੰ ਚੁੱਪ ਦਾ ਵੀ ਸਹਾਰਾ ਲੈਣਾ ਚਾਹੀਦਾ ਹੈ ਔਰ ਦੂਜਿਆਂ ਨੂੰ ਪਹਿਲਾਂ ਲਿਸਨ ਕਰਨਾ ਚਾਹੀਦਾ ਹੈ ਪਹਿਲਾਂ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਫਿਰ ਆਪ ਆਪ ਬੋਲਣਾ ਬੋਲਣਾ ਚਾਹੀਦਾ ਤੇ ਜੇ ਅਸੀਂ ਚੁੱਪ ਕਰਕੇ ਸੁਣ ਨਹੀਂ ਸਕਦੇ ਤੇ ਸਾਨੂੰ ਬੋਲਣ ਦਾ ਅਧਿਕਾਰ ਵੀ ਨਹੀਂ ਅਸੀਂ ਜੇ ਸਾਨੂੰ ਦੂਜਾ ਸੁਣੇਗਾ ਤੇ ਅਸੀਂ ਵੀ ਦੂਸਰਿਆਂ ਨੂੰ ਸੁਣਾਗੇ ਦੂਸਰੀ ਗੱਲ ਇਹ ਹੈ ਕਿ ਜੇ ਸਾਡੇ ਬਚਨ ਕੋਈ ਧਿਆਨ ਨਾਲ ਨਹੀਂ ਸੁਣਦਾ ਤਾਂ ਅਸੀਂ ਆਪਣੇ ਬਚਨਾਂ ਨੂੰ ਆਪਣੇ ਕੋਲੇ ਸੁਰੱਖਿਤ ਰੱਖ ਸਕਦੇ ਹਾਂ ਸੋ ਇਹ ਤਾਂ ਹੀ ਸਿਆਣਪ ਆ ਸਕਦੀ ਹੈ ਚਤ్రਾਈ ਤੇ ਸਿਆਣਪ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਅਬਮਾਨ ਦਾ ਤਿਆਗ ਕਰ ਦਈਏ ਜੇ ਨਿਮਰਤਾ ਨਾਲ ਗੱਲ ਨੂੰ ਕਹੀਏ ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਬਮਾਨ ਇਹ ਅਬਮਾਨ ਨੂੰ ਤਜਨ ਵਾਲੀ ਗੱਲ ਔਖੀ ਬਹੁਤ ਹੈ ਲੇਕਿਨ ਜੇ ਆ ਜਾਵੇ ਤਾਂ ਇਹਦੇ ਨਾਲ ਮਨੁੱਖ ਬਹੁਤ ਸੌਖਾ ਹੋ ਜਾਂਦਾ ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਕਿਉਂਕਿ ਅਬਮਾਨ ਹੀ ਬਹੁਤ ਸਾਰੇ ਔਗਣ ਪੈਦਾ ਕਰਦਾ ਕਾਮ ਕ੍ਰੋਧ ਕਾਇਕੋ ਗਾਲੇ ਜਿਉਂ ਕਾਂਚਨ ਸੁਹਾਗਾ ਢਾਲੇ ਕਾਮ ਕ੍ਰੋਧ ਲੋਭ ਮੋਹ ਮਨੁੱਖ ਦੇ ਬੜੇ ਵੱਡੇ ਦੁਸ਼ਮਣ ਨੇ ਜਿਸ ਤਰ੍ਹਾਂ ਧਾਤ ਨੂੰ ਸੁਹਾਗਾ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ ਉਸੇ ਤਰ੍ਹਾਂ ਜਿਹੜੇ ਕਾਮ ਕ੍ਰੋਧ ਨੇ ਇਹ ਮਨੁੱਖ ਨੂੰ ਗਰੀਬ ਬਣਾ ਦਿੰਦੇ ਨੇ ਪਹਿਲਾਂ ਨਾਲੋਂ ਉਸ ਨੂੰ ਸੜਨ ਵਾਲਾ ਸੜਨ ਵਾਲੇ ਰਾਹ ਤੇ ਪਾ ਦਿੰਦੇ ਨੇ ਤੋਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਇਹ ਨਤੀਜੇ ਇੱਥੇ ਹੀ ਨੇ ਜੇ ਅਸੀਂ ਚੰਗਾ ਕਰਦੇ ਆ ਚੰਗੇ ਨਤੀਜੇ ਨਿਕਲਣਗੇ ਸਾਇੰਸ ਦਾ ਵੀ ਇਹ ਇਹੀ ਉਸੂਲ ਹੈ ਕਿ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਅਪੋਜ਼ਿਟ